ਭਾਜੀ ਕੀਨਾ ਤੁਹਾਡਾ ਔਰ ਇਹ ਕਿਹਨਾਂ ਦੀ ਕੋਠੀ ਸੀਗੀ, ਇਹ ਕਿੰਨਾ ਕੁ ਨੁਕਸਾਨ ਹੋਇਆ, ਚੋਰੀ ਕਿੰਨੀ ਹੋਈ? ਮੇਰਾ ਨਾਮ ਜੀ ਗੁਪੇਸ਼ ਸ਼ਰਮਾ ਹੈ, ਸਾਡੇ ਆਪਣੇ ਹਰਭਜਨ ਸਿੰਘ ਵਿਰਦੀ ਜੀ ਤਾਇਆ ਜੀ, ਉਹਨਾਂ ਦੀ ਕੋਠੀ ਸੀਗੀ ਜੀ, ਅਤੇ ਇਹ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਇੰਪੋਰਟਡ ਸਮਾਨ ਵੀ ਸੀਗਾ ਵਿੱਚ, ਜੋ ਕਿ ਬਹੁਤ ਸਾਲਾਂ ਤੋਂ ਇੱਥੇ ਪਿਆ ਸੀਗਾ, ਛੇੜਿਆ ਹੀ ਨਹੀਂ ਕਦੀ। ਵਧੀਆ ਵਧੀਆ ਬਾਹਰ ਦੀਆਂ ਚੀਜ਼ਾਂ ਸੀਗੀਆਂ, ਹੋਰ ਵੀ ਕੱਪੜੇ ਵਗੈਰਾ, ਹੋਰ ਵੀ ਕਈ ਐਕਸਪੈਂਸਿਵ ਜਿੱਦਾਂ ਲੈਪਟੋਪਸ, ਫੋਨ ਵਗੈਰਾ ਵੀ ਸੀਗੇ ਇੱਥੇ ਪਏ, ਅਤੇ ਮਤਲਬ ਕਿ ਸਭ ਕੁਛ ਲੈ ਕੇ ਖਾਲੀ ਕਰਕੇ। ਹਰਭਜਨ ਵਿਰਦੀ ਕੌਣ ਨੇ? ਹਰਭਜਨ ਸਿੰਘ ਵਿਰਦੀ ਜੀ ਆਪਣੇ ਪੀਟਰ ਵਿਰਦੀ ਜੀ ਦੇ ਫਾਦਰ, ਜਿਹੜੇ ਕਿ ਆਪਣੇ ਸਭ ਤੋਂ ਰਿਚ ਸਿੱਖ ਨੇ ਯੂਕੇ ਦੇ, ਲੰਡਨ ਦੇ ਵਿੱਚ ਉਹਨਾਂ ਦਾ ਕਾਰੋਬਾਰ ਸਾਰਾ। ਇਹਨਾਂ ਨੇ ਕੋਈ ਪੰਜਾਬ ਜਾਂ ਕੇਂਦਰ ਸਰਕਾਰ ਨੂੰ ਕੋਈ ਕਰੋਨਾ ਵੇਲੇ ਕੋਈ ਮਦਦ ਵੀ ਕੀਤੀ ਸੀ ਜਾਂ ਔਰ ਨਾਨਕਸਰ ਗੁਰਦੁਆਰੇ ਜਿਹੜਾ ਕੋਵਿਡ ਦੇ ਵਿੱਚ ਇਹਨਾਂ ਨੇ ਆਕਸੀਜਨ ਕੰਸਨਟ੍ਰੇਟਰ ਦੀਆਂ ਮਸ਼ੀਨਾਂ ਸਾਰੇ ਕਿਤੇ ਡੋਨੇਟ ਕਰਵਾਈਆਂ ਸੀਗੀਆਂ, ਜੋ ਕਿ ਵਿਰਦੀ ਫਾਊਂਡੇਸ਼ਨ ਦੇ ਵੱਲੋਂ ਸਪੋਂਸਰ ਹੋਈਆਂ ਸੀ, ਅਤੇ ਆਪਣੇ ਕਰਤਾਰਪੁਰ ਲਾਂਘੇ ਦੇ ਲਈ 500 ਮਿਲੀਅਨ ਪਾਉਂਡ ਜੋ ਕਿ ਵਿਰਦੀ ਫਾਊਂਡੇਸ਼ਨ ਵੱਲੋਂ ਡੋਨੇਟ ਕੀਤਾ ਗਿਆ ਸੀਗਾ ਉਸ ਦੀ ਉਸਾਰੀ ਲਈ। ਭਾਜੀ ਕੀ ਨਾਂ ਤੁਹਾਡਾ ਔਰ ਇਹ ਜਿਹੜੀ ਕੋਠੀ ਜਿੱਥੇ ਚੋਰੀ ਹੋਈ ਹੈ, ਇਹ ਕੀ ਇੱਥੇ ਕਿੰਨੇ ਚਿਰ ਦੇ ਸੀਗੇ ਔਰ ਖੁੱਲ੍ਹੀ ਸੀ ਜਾਂ ਬੰਦ ਸੀ, ਔਰ ਕਿੰਨਾ ਕੁ ਨੁਕਸਾਨ ਹੋ ਗਿਆ? ਸਰ ਜੀ, ਮੇਰਾ ਨਾਂ ਹਰਭਜਨ ਸਿੰਘ ਵਿਰਦੀ। ਇਹ ਕੋਠੀ ਤਿੰਨ ਤੁਸੀਂ ਬੰਦ ਵੀ ਕਹਿ ਸਕਦੇ ਹੋ, ਪਰ ਹਰ ਹਫ਼ਤੇ ਦੀ ਹਫ਼ਤੇ ਖੁੱਲ੍ਹਦੀ ਸੀਗੀ, ਮਾਲੀ ਆਉਂਦਾ ਸੀਗਾ, ਪਰ ਬੈਣ ਲੱਗ ਕੇ ਉਹ 15 ਦਿਨ ਲਈ ਛੁੱਟੀ ਚਲੇ ਗਿਆ ਅਤੇ ਕੋਠੀ ਬੰਦ ਰਹਿ ਗਈ। 15 ਦਿਨ ਵਿੱਚ ਅਸੀਂ ਆ ਜਾ ਨਹੀਂ ਸਕੇ ਉਹਦੇ ਵਿੱਚ, ਅਤੇ ਜਿਹੜੀ ਕੋਠੀ ਸਮਾਨ ਸੀਗਾ ਬਹੁਤ ਵਿਰਾਸਤ ਦਾ ਸਮਾਨ ਸੀਗਾ ਜੀ, ਮੇਰੇ ਬਜ਼ੁਰਗਾਂ ਦਾ, ਮੇਰੇ ਮਾਤਾ ਪਿਤਾ ਦਾ ਸਮਾਨ ਸੀ, ਉਹ ਮੈਂ ਪਿੰਡੋਂ ਲਿਆਣ ਕੇ ਇੱਥੇ ਰੱਖਿਆ ਸੀਗਾ, ਮੇਰਾ ਸਮਾਨ ਸੀ, ਮੇਰੀ ਵਾਈਫ ਦਾ ਸਮਾਨ ਸੀ, ਕੀਮਤੀ ਸਮਾਨ ਸੀਗਾ ਜਿਹੜਾ, ਜਿਹੜੇ ਕਿ ਉਹ ਵੈਲਯੂ ਦੇ ਕੇ ਵੀ ਨਹੀਂ ਮਰ ਸਕਦਾ ਉਹ ਜਿਹੜਾ ਕਿ ਉਹ ਚੋਰ ਲੈ ਗਿਆ। ਮੈਂ ਪੁਲਿਸ ਨੂੰ ਰਿਕੁਐਸਟ ਕਰਦਾ ਕਿ ਮੇਰਾ ਸਮਾਨ ਵਾਪਸ ਦਵਾਇਆ ਜਾਵੇ। ਤੁਹਾਡਾ ਆਪਣਾ ਵੀ ਕੁਛ ਵਿਆਹ ਦੇ ਵੀ ਜਿਹੜਾ ਸਮਾਨ ਸਾਰਾ ਸੀ ਜਿਹੜਾ ਤੁਸੀਂ ਸੰਭਾਲ ਕਰੇ, ਉਹ ਵੀ ਸਾਰਾ ਚੋਰ? ਹਾਂਜੀ ਜੀ, ਮੇਰੀ ਵੱਡੀ ਨੂੰਹ ਦਾ ਸਮਾਨ, ਮੈਰਿਜ ਦਾ ਸਾਰਾ ਕੁਛ ਸਮਾਨ ਇੱਥੇ ਪਿਆ ਸੀਗਾ ਜੀ, ਉਹ ਵੀ ਜੀ ਪੀਟਰ ਵਿਰਦੀ ਦੇ ਦਾ ਵੀ ਸਮਾਨ ਇੱਥੇ ਪਿਆ ਸੀ, ਛੋਟਾ ਬੇਟਾ ਵਕੀਲ ਆ ਉਹਦਾ ਮੈਰਿਜ ਇੱਥੇ ਜੀ, ਉਹਦਾ ਸਮਾਨ ਵੀ ਇੱਥੇ ਪਿਆ ਸੀਗਾ ਜੀ, ਇੱਕ ਬੇਟੀ ਦਾ ਸੀਗਾ ਸਮਾਨ ਇੱਥੇ ਪਿਆ ਜੀ, ਪਰ ਹੁਣ ਜਿਊਲਰੀ ਦਾ ਨਹੀਂ ਪਤਾ ਵੀ ਉਹਨਾਂ ਦੀ ਕਿੰਨੀ ਜਿਊਲਰੀ ਪਈ ਸੀਗੀ, ਬਾਕੀ ਜਿਹੜਾ ਮੇਰਾ ਸਮਾਨ ਸੀ, ਮੇਰੇ ਬਜ਼ੁਰਗਾਂ ਦਾ ਸਮਾਨ ਸੀ, ਉਹ ਮੈਨੂੰ ਪਤਾ ਕਿ ਕਿਹੜਾ ਕਿਹੜਾ ਸਮਾਨ ਸੀ ਜਿਹੜਾ ਚਲੇ ਗਿਆ। ਠੀਕ, ਹਾਂਜੀ, ਥੈਂਕ ਯੂ ਜੀ। ਇਹ ਸਾਨੂੰ ਅੱਜ ਸੂਚਨਾ ਮਿਲੀ ਸੀ ਕਿ ਹਰਭਜਨ ਸਿੰਘ ਵਿਰਦੀ ਜਿਹੜੇ ਹੈਗੇ ਨੇ, ਉਹਨਾਂ ਦਾ ਘਰ ਜਿਹੜਾ ਹੈਗਾ ਸ਼ੇਖੂਪੁਰ ਦੇ ਵਿੱਚ ਵੀ ਇੱਕ ਹੈਗਾ ਪੁਰਾਣਾ ਘਰ, ਅਤੇ ਉੱਥੇ ਉਹਨਾਂ ਦਾ ਘੋੜਿਆਂ ਦਾ ਤਬੇਲਾ ਵੀ ਹੈਗਾ, ਵਿਦੇਸ਼ੀ ਘੋੜੇ ਜਿਹੜੇ ਹੈਗੇ ਆ, ਫਾਈਨੈਸਟ ਬਰੀਡ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਡੀਲ ਕਰਦੇ ਆ। ਉਹ ਘਰ ਇਹਨਾਂ ਦਾ ਪੁਰਾਣਾ ਘਰ, ਉਹਦੇ ਤਬੇਲੇ ਦੇ ਸਾਹਮਣੇ ਉਹਨਾਂ ਦਾ ਪੁਰਾਣਾ ਘਰ ਹੈਗਾ, ਜਿੱਥੇ ਉਹ ਬਹੁਤ ਘੱਟ ਆਉਂਦੇ ਜਾਂਦੇ ਆ, ਕਿਤੇ ਕਿਤੇ ਆਉਂਦੇ ਜਾਂਦੇ ਆ। ਉੱਥੇ ਕਾਫੀ ਸਮੇਂ ਤੋਂ ਇਹ ਗਏ ਨਹੀਂ ਸੀਗੇ, ਅੱਜ ਜਦੋਂ ਉੱਥੇ ਗਏ ਫਿਰ ਇਹਨਾਂ ਨੇ ਚੈੱਕ ਕੀਤਾ ਅਤੇ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਘਰ ਦੇ ਵਿੱਚ ਕਾਫੀ ਸਮਾਨ ਚੋਰੀ ਹੋ ਗਿਆ, ਅਤੇ ਜਿਹੜਾ ਅਸੀਂ ਉਹਨਾਂ ਦੇ ਬਿਆਨ ਜਿਹੜੇ ਹੈਗੇ ਆ ਉਹ ਰਿਕਾਰਡ ਕਰ ਲਈ ਸਟੇਟਮੈਂਟ ਉਹਨਾਂ ਦੀ, ਅਤੇ ਉਸ ਸਟੇਟਮੈਂਟ ਦੇ ਆਧਾਰ 'ਤੇ ਜਿਹੜੀ ਹੁਣ ਮੁਤਾਬਕ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਅਤੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਅਸੀਂ ਜਾਂਚ ਜਿਹੜੀ ਹੈਗੀ ਟੀਮ ਉਹ ਗਠਿਤ ਕਰ ਦਿੱਤੀ ਹੈ, ਅਤੇ ਆਸ ਕਰਦੇ ਵੀ ਜਿੰਨੀ ਜਲਦੀ ਹੋ ਸਕਦਾ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹਨੂੰ ਟਰੇਸ ਕਰਕੇ ਅਤੇ ਇਹ ਜਿਹੜੇ ਦੋਸ਼ੀਆਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਕਰਾਂਗੇ ਜੀ। ਕੁੱਲ ਕਿੰਨੇ ਕੁ ਸਰ ਇਹ ਸਮਾਨ? ਐਕਚੁਲੀ ਥੋੜ੍ਹਾ ਕਾਫੀ ਹੈਗਾ, ਜਿੱਦਾਂ ਏਸੀਆਂ, ਏਸੀ ਹੈਗੇ 3 ਏਸੀਆਂ ਦੀਆਂ, ਘਾਹ ਕੱਟਣ ਵਾਲੀਆਂ ਮਸ਼ੀਨਾਂ ਦੀਆਂ ਮੋਟਰਾਂ ਹੈਗੀਆਂ ਨੇ, ਬਾਥਰੂਮਾਂ ਦਾ ਟੂਟੀਆਂ ਹੈਗੀਆਂ ਨੇ, ਕੁਝ ਘਰੇਲੂ ਵਰਤੋਂ ਦਾ ਸਮਾਨ ਹੈਗਾ, ਇੱਕ ਕ੍ਰਿਸਟਲ ਦੀ ਸੁਰਾਹੀ ਵੀ ਹੈਗੀ ਹੈ, ਪਿੱਤਲ ਦੇ ਚਾਂਦੀ ਦੇ ਭਾਂਡੇ, ਕੁਛ ਇਹਦਾ ਕਾਫੀ ਸਮਾਨ ਹੈਗਾ ਥੋੜ੍ਹਾ ਜਿਹਾ। ਆ ਜਾਓ ਮਹਾਰਾਜ, ਆ ਗਿਆ।